ਸਰਕਾਰ ਦੁਆਰਾ ਮਿਡ ਡੇ ਮੀਲ ਯਾਨੀ ਕਿ ਦੁਪਹਿਰ ਦਾ ਖਾਣਾ ਸਕੂਲ ਵਿੱਚ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਸ ਵਿੱਚ ਕਈ ਸਕੂਲਾਂ ਵਿੱਚ ਖਾਣਾ ਬਣਿਆ ਬਣਾਇਆ ਮਿਲਦਾ ਹੈ ਅਤੇ ਕਈ ਸਕੂਲ ਖੁਦ ਖਾਣਾ ਬਣਾਉਂਦੇ ਨੇ। ਜਦੋਂ ਸਾਡੀ ਟੀਮ ਨੇ ਮੋਗਾ ਦੇ 4 ਸਕੂਲਾਂ ਵਿੱਚ ਮਿਡ ਡੇ ਮੀਲ ਦੀ ਗਰਾਊਂਡ ਜ਼ੀਰੋ ਤੋਂ ਰਿਪੋਰਟ ਜਾਣਨੀ ਚਾਹੀ ਤਾਂ ਨਤੀਜੇ ਕੁਝ ਇਸ ਤਰ੍ਹਾਂ ਮਿਲੇ। ਜਿਨ੍ਹਾਂ ਸਕੂਲਾਂ ਵਿੱਚ ਖਾਣਾ ਬਣਿਆ ਬਣਾਇਆ ਮਿਲਦਾ ਹੈ ਉਸਦੀ ਕੁਆਲਿਟੀ ਤਾਂ ਚੰਗੀ ਹੁੰਦੀ ਹੈ, ਪਰ ਉਹ ਖਾਣਾ ਖਾਣ ਲਾਇਕ ਨਹੀਂ ਹੁੰਦਾ ਕਿਉਂਕਿ ਉਹ ਖਾਣਾ ਬਾਸੀ ਹੁੰਦਾ ਹੈ। ਅਤੇ ਜਿਨ੍ਹਾਂ ਸਕੂਲਾਂ ਵਿੱਚ ਖਾਣਾ ਖੁਦ ਬਣਾਇਆ ਜਾਂਦਾ ਹੈ ਉਹ ਬੰਦ ਹੋਣ ਦੀ ਤਾਦਾਦ ਤੇ ਹੈ ਕਿਉਂਕਿ ਸਕੂਲਾਂ ਨੂੰ ਮਿਡ ਡੇ ਮੀਲ ਲਈ ਫੰਡ ਨਹੀਂ ਮਿਲ ਰਹੇ। ਬੱਚਿਆਂ ਨੂੰ ਯੂਨੀਫਾਰਮ ਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ, ਪ੍ਰੋਵਾਈਡ ਕਿਉਂ ਨਹੀਂ ਕਰਦੀਆਂ, ਕੀ ਕਾਰਨ ਹੈ? ਨਹੀਂ, ਇਸ ਸਾਲ ਦੀ ਗ੍ਰਾਂਟ ਹਲੇ ਸਾਡੇ ਕੋਲ ਆਈ ਨਹੀਂ, ਇਸ ਕਰਕੇ ਯੂਨੀਫਾਰਮਸ ਹਲੇ ਨਹੀਂ ਵੰਡੀਆਂ ਗਈਆਂ। ਕਿੰਨੇ ਬੱਚੇ ਹੈਗੇ ਜਿਹਨਾਂ ਨੂੰ ਯੂਨੀਫਾਰਮ ਮਿਲਦੀ ਹੈਗੀ ਸਕੂਲ ਦੇ ਵਿੱਚ? ਮਿਲਦੀ ਤਾਂ ਸਾਰੇ ਬੱਚਿਆਂ ਨੂੰ ਹੀ ਹੈ। 80 ਬੱਚੇ ਸਕੂਲ 'ਚ ਹੈਗੇ। ਬੱਚਿਆਂ ਦਾ ਖਾਣ ਦੀ ਕੁਆਲਿਟੀ ਕਿੱਦਾਂ ਦੀ ਹੁੰਦੀ ਹੈ? ਖਾਣੇ ਦੀ ਕੁਆਲਿਟੀ ਠੀਕ ਹੀ ਹੁੰਦੀ ਹੈ ਜੇ ਆਪਾਂ ਕਹੀਏ ਕਿ ਘਰ ਵਰਗਾ ਹੁੰਦਾ ਉਹ ਚੀਜ਼ ਦਾ। ਪਰਮਜੀਤ ਪਰਮਜੀਤ ਜੀ, ਤੁਹਾਡੇ ਸਕੂਲ ਦੇ ਵਿੱਚ ਕੀ ਡਿਊਟੀ ਹੈ ਇੱਥੇ? ਸਾਡੀ 9 ਤੋਂ 2 ਵਜੇ ਤੱਕ। ਕੀ ਕੰਮ ਕਰਦੇ ਤੁਸੀਂ? ਖਾਣਾ ਵੰਡਦੇ। ਤੇ ਖਾਣਾ ਜਿਹੜਾ ਤੁਸੀਂ ਇੱਥੇ ਸਕੂਲ 'ਚ ਆਪ ਬਣਾਉਂਦੇ ਹੋ ਕਿ ਬਣਿਆ ਬਣਾਇਆ? ਬਣਿਆ ਬਣਾਇਆ ਹੁੰਦਾ। ਕਿੱਦਾਂ ਦਾ ਹੁੰਦਾ ਖਾਣਾ? ਜੀ ਖਾਣਾ ਕਿਤੇ ਕਿਤੇ ਤਾਂ ਠੀਕ ਹੁੰਦਾ ਕਈ ਵਾਰੀ, ਅਤੇ ਕਈ ਵਾਰ ਤਾਂ ਜਮ੍ਹਾਂ ਬੇਕਾਰ ਹੁੰਦਾ, ਖਾਣ ਯੋਗ ਨਹੀਂ ਹੁੰਦਾ। ਬੱਚੇ ਖਾਂਦੇ ਸਵਾਦ ਨਾਲ ਕਿ ਨਹੀਂ ਖਾਂਦੇ? ਖਾਂਦੇ ਆ ਜੇ। ਅਤੇ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਬੋਨਾ ਵਿਖੇ MDM ਦੀ ਇੰਚਾਰਜ ਹਾਂ। ਅਤੇ ਸਾਡੇ ਸਕੂਲ ਦੇ ਵਿੱਚ ਖਾਣਾ ਤਾਂ ਬਹੁਤ ਅੱਛਾ ਬਣਦਾ, ਪਰ ਮੁਸ਼ਕਿਲ ਇਹ ਆ ਰਹੀ ਹੈ ਵੀ 2-3 ਮਹੀਨਿਆਂ ਤੋਂ ਸਾਨੂੰ ਕੋਈ ਗ੍ਰਾਂਟ ਨਹੀਂ ਮਿਲੀ, ਜਿਸ ਕਰਕੇ ਸਾਨੂੰ ਹੁਣ ਬੱਚਿਆਂ ਨੂੰ ਖਾਣਾ ਖਵਾਉਣਾ ਬਹੁਤ ਮੁਸ਼ਕਿਲ ਹੋ ਰਿਹਾ। ਅਤੇ ਅਸੀਂ ਸਰਕਾਰ ਨੂੰ ਵਾਰ ਵਾਰ ਇਹ ਬੇਨਤੀ ਕਰਦੇ ਹਾਂ ਵੀ ਗ੍ਰਾਂਟ ਨੂੰ ਜਾਰੀ ਕੀਤਾ ਜਾਵੇ ਤਾਂ ਕਿ ਅਸੀਂ ਬੱਚਿਆਂ ਦੇ ਉਹਨਾਂ ਨੂੰ ਕੁਪੋਸ਼ਣ ਤੋਂ ਬਚਾ ਸਕੀਏ।